ਲਓ ਜੀ, ਰੀੜ ਦੀ ਹੱਡੀ ਦਾ ਆਪਰੇਸ਼ਨ ਹੋ ਗਿਆ ਹੈਗਾ, ਦੂਜੀ ਵਾਰ ਕਰਾਉਣਾ ਪਿਆ ਅਤੇ ਘਰ ਆ ਗਏ ਹਾਂ, ਹੁਣ ਆਪੇ ਤੁਰ ਸਕਦੇ ਹੈਗੇ। ਜਦੋਂ ਆਪਾਂ ਗਏ ਸੀ ਉਦੋਂ ਆਪਾਂ ਦੋ ਬੰਦੇ ਚੱਕ ਕੇ ਲਏ ਗੱਡੀ, ਗੱਡੀ 'ਚ ਗਏ ਸੀ, ਬੜਾ ਰੋਣਾ ਵੀ ਨਿਕਲਿਆ ਹੋਇਆ ਸੀ, ਅਤੇ ਦੇਖੋ ਹੁਣ ਆਪਾਂ ਆ ਗਏ, ਬਾਬੇ ਦੀ ਕਿਰਪਾ ਹੋਈ ਹੈਗੀ ਆ। ਬੈੱਡ ਘਰ ਲੈ ਕੇ ਆਏ, ਕਿਉਂਕਿ ਡਾਕਟਰ ਨੇ ਬੈੱਡ ਰੈਸਟ ਕਰਨ ਨੂੰ ਕਿਹਾ ਹੈਗਾ, ਕਿਰਾਏ 'ਤੇ ਬੈੱਡ ਲੈ ਕੇ ਆਏ ਹੈਗੇ ਹਾਂ। 9,000 ਰੁਪਏ ਦਾ 2 ਮਹੀਨੇ ਆਪਾਂ ਕਿਰਾਇਆ ਦਿੱਤਾ, ਨਾਲ 30,000 ਰੁਪਏ ਸਿਕਿਉਰਟੀ ਬੇਸ ਚੈੱਕ ਦੇਣਾ ਪੈਂਦਾ ਹੈਗਾ, ਅਤੇ ਗੁਆਂਢੀ ਵੀ ਆਪਣੇ ਮਿਲਣ ਆਏ ਹੈਗੇ ਨੇ, ਉਬਰਾਏ ਫੈਮਿਲੀ ਆਈ ਹੈਗੀ, ਇੱਥੇ ਕੇਕ ਲੈ ਕੇ ਆਏ ਨੇ, ਗੈਟ ਵੈਲ ਸੂਨ ਉੱਤੇ ਲਿਖਿਆ ਹੋਇਆ ਹੈਗਾ, ਅਤੇ ਆਪਾਂ ਉਹ ਹੁਣ ਕੇਕ ਕੱਟਦੇ ਹੈਗੇ ਹਾਂ। ਠੀਕ ਹੈ ਜੀ, ਘਰ ਆਉਣ ਦੀ ਖੁਸ਼ੀ ਹੈਗੀ ਹੈ ਬੜੀ ਜੀ। 4-5 ਦਿਨ ਆਪਾਂ ਹਸਪਤਾਲ ਲਾ ਕੇ ਆਏ ਹੈਗੇ ਹਾਂ, ਬੜੀ ਦਰਦਾਂ ਸਹੀਆਂ ਹੈਗੀਆਂ, ਬਹੁਤ ਤਕੜਾ ਆਪਰੇਸ਼ਨ ਹੋਇਆ ਹੈਗਾ ਵਾ, ਦੂਜੀ ਵਾਰ ਆਪਰੇਸ਼ਨ ਕਰਾਉਣਾ ਪੈ ਗਿਆ ਹੈਗਾ, ਪੈਸੇ ਵੀ ਚੰਗੇ ਲੱਗ ਗਏ ਹੈਗੇ ਨੇ, ਬਸ ਕਰ ਦਿੱਤਾ ਡਾਕਟਰ ਦੀ ਕਿਰਪਾ, ਰੱਬ ਦੀ ਕਿਰਪਾ ਹੋਈ ਹੈਗੀ ਆ, ਅਤੇ ਡਾਕਟਰ ਦਾ ਵੀ ਥੈਂਕਸ ਹੈਗਾ, ਅਤੇ ਪਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਹੈਗੇ ਹਾਂ। ਬੱਚੇ ਵੀ ਅੱਜ ਖੁਸ਼ ਹੈਗੇ, ਪਾਪਾ ਉਹਨਾਂ ਦੇ ਘਰ ਆ ਗਏ ਹੋਏ ਨੇ, ਅਤੇ ਬੱਚਿਆਂ ਨੇ ਕੇਕ ਕੱਟਿਆ ਹੈਗਾ ਵਾ, ਅਤੇ ਰਲ ਮਿਲ ਸਾਰਿਆਂ ਨੇ ਖਾਧਾ ਹੈਗਾ। ਵੈਸੇ ਸ਼ੂਗਰ ਹੈਗੀ ਸੀ, ਫਿਰ ਵੀ ਮਾੜਾ ਜਿਹਾ ਟੇਸਟ ਜ਼ਰੂਰ ਕੀਤਾ ਹੈਗਾ ਵਾ, ਦਵਾਈਆਂ ਵੀ ਬਹੁਤ ਲੈ ਕੇ ਦਿੱਤੀਆਂ, ਹੁਣ 6-7 ਮਹੀਨੇ ਬੈੱਡ 'ਤੇ ਆਰਾਮ ਕਰਨਾ ਹੈਗਾ ਵਾ। ਦੇਖੋ ਬੱਚੇ ਕੇਕ ਖਵਾ ਰਹੇ ਹੈਗੇ ਆ, ਬੱਚੇ ਤੁਹਾਡੇ ਖੁਸ਼ ਹੈਗੇ ਆ, ਤੁਸੀਂ ਵੀ ਆਪਣੇ ਕਮੈਂਟ ਦਿਓ।